ਇੱਧਰ ਤਿਆਰੀਆਂ ਚੱਲੀ ਜਾਂਦੀਆਂ ਮਿੰਟੋ ਮਿੰਟੀ, ਕੱਪੜੇ ਪ੍ਰੈਸ ਕਰ ਲਏ ਸੰਦੀਪ ਨੇ, ਮੈਂ ਤਾਂ ਰੈਡੀ ਹਾਂ, ਮੈਂ ਬਸ ਪਰਨਾ ਪਰਾਉਣਾ, ਮੈਂ ਚੱਲ ਲੱਗ ਗਏ ਡੱਬੀਆਂ ਨਾਲ ਰੋਈ ਦਿਹਾੜੀ ਬੰਨੀ ਦਾ, ਮੈਂ ਲੋਕਾਂ ਨੇ ਕਮੈਂਟ ਕਾਫੀ ਆਉਣ ਲੱਗ ਪਏ ਭਰਾਵਾ ਲਾ ਦੇ ਇਹਨੂੰ, ਮੈਂ ਚੱਲ ਆਹ ਮੰਨ ਲੈਂਦੇ ਹਾਂ ਕਾਫੀ ਚਿਰੇ ਦਾ ਬੰਨਿਆ ਨਹੀਂ ਸੀ ਅਤੇ ਇਹ ਮੰਨ ਲਿਆ ਅੱਜ, ਸਾਹਮਣੇ ਸ਼ੀਸ਼ੇ ਦੇਖ ਰਿਹਾ ਸੀਗਾ ਅਤੇ ਸੰਦੀਪ ਕਰ ਰਹੀ ਹੁਣ ਗੁੱਡੀਆਂ ਨੂੰ ਰੈਡੀ, ਬਸ ਗੁੱਡੀਆਂ ਦੇ ਸੰਦੀਪ ਨੇ ਰੈਡੀ ਹੋਣਾ, ਆਪਾਂ ਤਾਂ ਰੈਡੀ ਹੁਣ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਨੇ ਵਲੋਗ ਦੇ ਵਿੱਚ, ਅਤੇ ਕਿਰਨ ਹੋਣਾ ਦਾ ਬੱਚਾ ਜਿਹੜਾ ਆਪਣਾ 13 ਵਰਿਆਂ ਦਾ ਹੋ ਗਿਆ ਵਾ, ਅਤੇ ਅਸੀਂ ਉੱਧਰ ਚੱਲੇ ਹਾਂ ਅਤੇ ਸਾਡੇ ਕੰਮ ਵਾਲੇ ਵੀ ਆ ਗਏ ਨੇ, ਉਹਨਾਂ ਨੂੰ ਬਾਹਰ ਖਿਲਾਰ ਕੇ ਆਏ ਹਾਂ ਕਿਉਂਕਿ ਸਾਨੂੰ ਵੀ ਜ਼ਰੂਰੀ ਜਾਣਾ ਆਪਣਾ ਕੰਧੇ ਦੇ ਹੋਣਾ ਵੱਲ, ਅਤੇ ਹੁਣ ਲਵਲੀ ਨੂੰ ਆਖਿਆ ਵਾ ਵੀ ਤੂੰ ਸਾਡੇ ਘਰ ਰਹਿ, ਵੀ 1.5-2 ਘੰਟੇ ਸਾਨੂੰ ਲੱਗਣੇ, ਅਸੀਂ ਆ ਜਾਣਾ ਵਾ ਅਤੇ ਤੂੰ ਉੱਧਰ ਆਂਟੀ ਹੋਣਾ ਨਾਲੇ ਕੰਮ ਕਰਵਾ ਲੈ, ਨਾਲੇ ਘਰ ਰਹਿ ਵੀ, ਤੁਹਾਨੂੰ ਪਤਾ ਅੱਜ ਕੱਲ੍ਹ ਕਿਸੇ 'ਤੇ ਵੀ ਚਲੋ ਭਰੋਸਾ ਨਹੀਂ ਕੀਤਾ ਜਾਂਦਾ ਵੀ, ਅਤੇ ਚਲੋ ਲਵਲੀ ਫਿਰ ਆਪਣੀ ਆ, ਅਤੇ ਮੈਂ ਹਾਂ ਇਹਨੂੰ ਛੱਡ ਆਉਂਦੇ ਉੱਥੇ ਘਰ, ਥੋੜ੍ਹਾ ਕੰਮ ਕੁੰਮ ਕਰਾ ਦੂਗੀ ਲੱਗੇ ਨਾ, ਭਾਵੇਂ ਇਹਨੇ ਬਸ ਬੈਠੀ ਰਹਿਣਾ ਕੰਮ ਤਾਂ ਉਹਨੇ ਕਰਨਾ ਵਾ, ਫਿਰ ਵੀ ਚਲੋ ਲੱਗੇ, ਤੁਹਾਨੂੰ ਪਤਾ ਧਿਆਨ ਤੋਂ ਰੱਖਦਾ ਬੰਦਾ, ਅਤੇ ਇਹ ਵੀ ਬਹੁਤ ਟਾਈਮ ਲਾਉਣ ਡੀ, ਆਉਣੀ ਡੀ ਕਦੋਂ ਦੇ ਖਲੋਤੇ ਜੀ। ਕੁੜੀ ਦੀ ਗੱਲ ਸੁਣੋ, ਦੱਸ ਕੇ ਪਾਉਂਦੀ ਮੰਮਾ ਮੇਰੇ ਲਈ, ਵੇਖੋ ਗੰਦੀ ਹੋਣੀ ਆ ਗੱਡੀ, ਹੁਣ ਜਾ ਉੱਥੇ ਧੋਵਾਂਗੇ ਕਿ ਹੁਣ ਮੈਂ ਲਵਲੀ ਨੂੰ ਲੈ ਲਿਆ, ਨਾਲੇ ਨੂੰ ਘਰੇ ਛੱਡ ਜਾਵਾਂਗੇ, ਰਾਜੂ ਗਿਆ ਕੰਮ ਤੇ, ਸਹੀ ਆ, ਪਹੁੰਚ ਗਏ ਘਰੇ ਆਪਾਂ, ਪਾਠ ਕਰਨ ਦੇ ਲੱਗਦਾ ਬਾਬਾ ਜੀ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਹਾਂਜੀ ਹਾਂ ਲੈ 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 ਇਹਨੂੰ ਭੋਗੇ, ਫੜੋ 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 ਫੜੋ, ਕੀ ਹੋਇਆ ਜੀ, ਹੈਂ ਕੀ ਹੋਇਆ ਸੀ, ਮੰਮਾ ਕਿੱਥੇ, ਮੰਮਾ ਦਾਦੀ ਫੁੱਫੂ ਕਿੱਥੇ ਆ, ਕਿੱਥੇ ਆ, ਕਿੱਥੇ ਆ, ਆਈ ਫੁੱਫੂ ਕਿੱਥੇ ਆ, ਭੂਈ ਕਿੱਥੇ, ਭੂਈ ਪਾਪਾ, ਉਹ ਭੂਈ ਚੱਲੀ ਹੁਣ, ਲੈ ਉਹ ਜਾਂਦੀ ਹੈ, ਉਹ ਜਾਂਦੀ ਹੈ, ਉਹ ਜਾਂਦੀ, ਲੈ ਟਾਰਚ ਫੜਦੀ, ਦਾੜ ਲੱਗੀ ਚੈੱਕ ਕਰਨ, ਪੈਰ ਤੇ ਨਾ ਮਰਾਲੀ ਭਾਰੀ ਬੜੀ, ਤੂੰ ਖਾ ਲਈ ਰੋਟੀ, ਖਾ ਲਾ ਫਿਰ, ਖਾ ਲਾ ਫਿਰ, ਸਾਰੀ ਦਿਹਾੜੀ ਇਹੋ ਕੋਈ ਚੱਲਦਾ ਰਹਿੰਦਾ, ਬਸ ਡਾਂਸ ਹੀ ਕਰਦੀ ਸਾਰੀ ਦਿਹਾੜੀ, ਹੋਰ ਕੁਛ ਨਹੀਂ ਕਰਦੀ, ਵਿਹਲੀ, ਹਾਂ ਇਹ ਡਾਂਸ, ਬਾਹਾਂ ਨਾ ਕਰਨ, ਬਾਹਾਂ ਤਾਂ ਕਰਕੇ ਇੱਦਾਂ ਰੱਖਣ, ਇਹ ਡਾਂਸ ਇਹ ਬਸ ਇਸੇ ਗਾਣੇ 'ਤੇ ਨੱਚਦੀ ਆ, ਹੋਰ ਨਹੀਂ ਕਦੇ ਨੱਚਦੀ, ਵਿੱਚ ਤੜਫਦੀ ਜਲ 'ਤੇ ਸ਼ਿਕਾਇਤ ਆ ਜੀ, ਅੰਮ੍ਰਿਤ ਪਾਠ ਕਰਕੇ
ਬਾਬਾ ਜੀ ਨੇ ਪੂਰੀ ਫੈਮਿਲੀ ਨੂੰ, ਅਤੇ ਹੁਣ ਚੱਲੇ ਹਾਂ ਘਰ। ਲਵਲੀ ਵੀ ਵੇਟ ਕਰਦੀ ਨਹੀਂ ਵੀ ਆਏ ਨਹੀਂ, ਕੰਮ ਵਾਲੀ ਵਿੱਚ ਲੱਗੀ, ਫੋਨ ਕੀਤਾ ਸੀਗਾ। ਭਾਅ ਜੀ ਨੇ ਆ ਕੇ ਨੀਂਦ ਅੰਦਰ ਜਾ ਕੇ ਸੌਂ ਜਾਓ, ਉਹਨਾਂ ਗਲੀਚਾ ਗਲੂਚਾ ਚੁੱਕਣਾ, ਸਫਾਈ ਕਰਨੀ। ਚੁੱਕ ਦੋ ਮੰਮੀ। ਓਕੇ ਬਾਬਾ ਜੀ, ਸਤਿ ਸ਼੍ਰੀ ਅਕਾਲ। ਮੈਂ ਨਹੀਂ ਜਾਣਾ, ਮੈਨੂੰ ਕਹਿੰਦੀ ਹੱਥ ਆਪਣਾ ਫੜਾ ਆਪਣਾ, ਤਾਂ ਬਾਹਰ ਨਹੀਂ ਚੱਲ। ਉਹ ਬਾਹਰ ਗਰਮੀ ਬੜੀ ਹੈ, ਉਹ ਹੁਣ ਬੜੀ ਢੀਠੀ ਉਹ ਕੁੜੀ ਹੈ, ਨਹੀਂ ਜਾਣਾ। ਮਾਰਨਾ ਮੈਂ ਸਨੈਪਚੈਟ 'ਤੇ ਸਾਰੇ ਜਣੇ ਐਡ ਕਰ ਲਿਓ, ਦੀਪ ਸਲੈਸ਼ ਮਠਾਰੂ ਅਤੇ ਚਵੀ ਲੱਗਦਾ ਲਾਸਟ। ਹੈਂ, ਤੂੰ ਮਿਣੀ ਚਾਹ ਚਾਹ ਕਿ ਚਾਹ ਨਹੀਂ, ਰਹਿਣ ਦੇਗਾ, ਘਰ ਜਾ ਪੀਵਾਂਗੇ ਘਰ। ਹਾਂ ਚੰਗਾ ਜੀ, ਆਪਾਂ ਨੇ ਫਿਰ ਠਹਿਰ ਕੇ ਆਉਣਾ। ਬਾਏ ਬਾਏ, ਸਤਿ ਸ਼੍ਰੀ ਅਕਾਲ। ਚੱਲ ਬਾਏ ਕਰ ਦਾਦੀ ਨੂੰ, ਬਾਏ ਬਾਏ, ਦੂਰੋਂ ਕਰੀ ਜਾਊਗੀ। ਦਾਦਾ ਉਹ ਦਾਦਾ ਲੈ, ਦਾਦਾ ਲੱਗ ਗਈ ਆਵਾਜ਼ ਦੇ ਜ਼ੋਰ 'ਚ, ਉਹ ਹੀ ਦਾਦਾ। ਓ ਡੈਡੀ ਕਿ ਦਾਦਾ, ਓ ਡੈਡੀ, ਓ ਡੈਡੀ ਉੱਥੇ। ਚਲੋ ਚੱਲ ਗਏ ਗਾ, ਲਵਲੀ ਨੂੰ ਵੀ ਲਵਲੀ ਦੇ ਘਰ ਛੱਡ ਆਵਾਂਗੇ, ਪਤਾ ਕਿਉਂ? ਕਹਿੰਦੀ ਅੱਜ ਮੈਂ ਛੇਤੀ ਚੱਲ ਜਾਣਾ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਤੁਹਾਨੂੰ ਮੈਂ ਜਾਈਏ ਵੀ, ਕੰਮ ਲੱਭ ਗਿਆ ਵਿਚਾਰੇ ਨੇ ਟਾਈਮ ਲੰਘਾ ਤਾ। ਚਲੋ ਧੰਨਵਾਦ ਵਾ ਭਾਈ, ਲਵਲੀ ਦਾ ਜਿੰਦੀ ਦੇ ਵਿਚਾਰੀ ਨੇ ਸਾਡਾ ਟਾਈਮ ਲੰਘਾਇਆ ਵਾ। ਅੱਜ ਜਿੰਨੇ ਦਿਨ ਵੀ ਮਤਲਬ ਹੋਸਪਿਟਲ ਮੰਮੀ ਹੁਣੀ ਜਾਂਦੇ ਰਹੇ ਜਾਂ ਜਿੱਦਾਂ ਜਾਂ ਲਾਗੇ ਆ ਜਾਂਦੀ ਰਹੀ ਆ, ਨਾ ਕੋਈ ਚਲੋ ਭਾਵੇਂ ਨਹੀਂ ਵੀ ਕੁਝ ਇੰਨੇ ਲੱਗੇ, ਬੰਦਾ ਲੱਗ ਕੇ ਬੈਠਾ ਰਹੇ ਬੜਾ ਹੁੰਦਾ ਫਿਰ ਵੀ। ਚਲੋ ਬਾਏ ਕਰਦੇ, ਚਲੋ ਬਾਏ ਕਰਦੇ ਦਾਦਾ ਨੂੰ। ਬਾਏ, ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਕਰਦੀ ਹੈ ਦਰਸ਼ਨ ਕਰਨ ਚੱਲ ਗਏ ਵੀ, ਤੇ ਕਹਿੰਦੇ ਫਿਲਹਾਲ ਮੇਰੀ ਮੰਮੀ ਕਿਰਨ ਦੀਦੀ ਹੁਣਾਂ ਵੱਲ ਰਹਿਣ ਡੇ ਆ ਵੀ, ਤੇ ਅਸੀਂ ਫ੍ਰੀ ਆ ਇੱਧਰ, ਤੇ ਉਧਰ ਨੂੰ ਦਰਸ਼ਨ ਕਰਨੇ ਆ। ਓ ਲੈ ਲਵਲੀ ਆਈ ਆ, ਕੀ ਆ ਲਵਲੀ? ਹਿੰਦੀ ਵਿਚ ਕਹਿ ਸਕਦੇ ਹਾਨੀਕਾਰਕ ਹੈ, ਕੀ ਪਤਾ ਕਾਢਾ ਕੀ ਆਪ ਕਾਢੇ, ਪਰਸੋਂ ਜਦੋਂ ਕਾਢਾ ਲੜ ਗਿਆ ਇਹਦੇ ਹਰ ਗੁਣ ਦੇ, ਲੈ ਵੀ ਮਾਸ ਕੱਢ ਕੇ ਲੈ ਗਿਆ ਅਗਲਾ, ਬੜਾ ਰੋਈ ਕਿ ਬਹੁਤ ਰੋਈ ਵਿਚਾਰੀ। ਕਹਿੰਦੀ ਟੁੱਟ ਜਾਂਦਾ, ਟੁੱਟ ਜਾਂਦਾ, ਧੌਣ ਲੈ ਜਾਂਦੀ ਉਹਦੀ ਹਨਾ ਗੋਲ ਜੀ। ਤੂੰ ਤੂੰ ਬਹਿ ਗਈ ਆ, ਇਹਨੇ ਗੰਜਿਆ ਕਰ ਦੇਣਾ ਤੈਨੂੰ, ਤੈਨੂੰ ਦੱਸਾਂ ਉਹ ਜਾਚ ਜੂਚ ਕਿੱਥੇ ਹੈਗੀ ਆ, ਉਹ ਵੇਲ ਨੀ ਜਾ ਵੇਲ ਨੀ, ਤੂੰ ਵੀ ਯਾਦ ਕਰੂ ਵੀ ਜੀਜੇ ਨੇ ਇਹ ਗੱਲ ਕਹੀ, ਕਰ ਦੇਣਾ ਗੰਜਿਆ ਇਹਨੇ, ਆਹ ਉਹਦੇ ਵੀ ਕਰਦੇ ਕੁੜੀ ਦੇ। ਤੇਰੇ ਥਰੈਡਿੰਗ ਜਿਹੜੀ ਮੈਂ ਕਰ ਦਿੰਦਾ, ਮਸ਼ੀਨ ਹੈ ਆ ਜੀਰੋ ਨੰਬਰ ਦੀ, ਐਂ ਟਿੰਡ ਲਿਸ਼ਕ ਦੀ ਕੱਢ ਦੂੰਗਾ, ਐਂ ਲਿਸ਼ਕ ਦੀ ਟਿੰਡ, ਉਹ ਵੀ ਗਾੜੀਆਂ ਬੈਠੀ ਆ ਵੀ ਆਏ ਆਏ ਕਿੱਦਾਂ ਕਾਂਡੀ। ਇੱਕ ਬੰਨੇ ਬੁੱਲ ਸੁੱਜਾ ਨਾ, ਹੁਣੇ ਅਜੇ ਮੋਬਾਈਲ ਫੜਿਆ ਸੀ ਇਹਨੇ, ਤਾਂ ਮੂੰਹ ਦਿੱਤੇ ਲੰਮੀ ਸੀ ਅਤੇ ਮੋਬਾਈਲ, ਹਾਂ ਮੈਨੂੰ ਪਤਾ ਨਹੀਂ ਮੋਬਾਈਲ ਸਿੱਧਾ ਹੀ ਆਈਫੋਨ ਤੁਹਾਨੂੰ ਪਤਾ ਭਾਰੇ ਹੁੰਦੇ, ਸਿੱਧਾ ਹੀ ਮੂੰਹ ਦਿੱਤੇ ਜਾ ਕੇ ਵੱਜਿਆ, ਲਹੂ ਬੜਾ ਨਿਕਲਿਆ, ਫਿਰ ਬੜੀ ਮੁਸ਼ਕਿਲ ਚੁੱਪ ਕਰਾਇਆ ਇਹਨੇ ਪੁੱਤ ਨੂੰ।
ਆ ਸਾਰਾ ਲਹੂ ਲੱਗਾ ਨਾ ਇੱਧਰ ਵੀ, ਅਜੇ ਵੀ ਸਾਰਾ ਲਹੂ ਲੱਗੇਗਾ, ਇੱਥੇ ਮੂੰਹ ਭਰ ਗਿਆ ਸਾਰਾ ਲਹੂ ਦੇ ਨਾਲ, ਬੜੇ ਬੁਰੇ ਹਾਲ। ਫਿਰ ਠਰਿਆ ਪਾਣੀ ਨੂੰ ਠੰਡਾ ਪਿਆ, ਉਹਦੇ ਨਾਲ ਖੂਨ ਜਿਹੜਾ ਜੰਮਿਆ, ਫਿਰ ਠੀਕ ਹੋਇਆ ਥੋੜ੍ਹਾ। ਬਾਏ ਕਰ ਦਿਓ, ਬਾਏ 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 ਬਾਏ। ਪੁੱਤ ਦੇ ਜਦੋਂ ਸੱਟ ਲੱਗੀ ਮੈਨੂੰ ਬੜਾ ਹੋਤਰਾ ਆਇਆ ਰਾਜੇ ਦੇ, ਕਮੇ ਹੀ ਹੋਈ ਸੀ ਆਤ ਲੱਗੀ। ਦੱਸ ਦਿਓ ਸਾਰਿਆਂ, ਸਤਿ ਸ਼੍ਰੀ ਅਕਾਲ ਭਲਾਈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਦੋ ਚਾਚੀਆ। ਯਾਰ ਬੈਣ ਵੀ ਦਿਆ ਕਰ ਕਦੇ ਕਹਿ ਮੈਨੂੰ ਕਿ ਨਹੀਂ, ਦਾਦੀ ਵਾਲੀ ਡਿਊਟੀ ਜਿਹੜੀ ਮੇਰੇ 'ਤੇ ਲਾ ਛੱਡੀ ਜੀ, ਜਾਂਦੇ ਹਾਂ ਨਸਾਂ ਕੇ ਭਣਾਈਆਂ ਨਾ, ਬੋਲ ਫਿਰ ਨੂੰ ਹਟਦੀ ਨਹੀਂ ਭੱਜਦੀ, ਐਂ ਦੌੜਦੀ। ਚਲੋ ਚੱਲੀ, ਹਾਂਜੀ ਹੁਣ ਚੱਲੇ ਆਪਾਂ ਬਿਹਾਰ। ਸੰਦੀਪ ਨੇ ਕਹਿੰਦੀ ਕਿ ਉਹ ਫਾਊਂਡੇਸ਼ਨ ਵਗੈਰਾ ਦੀ ਹੋਰ ਇੱਕ ਦੋ ਚੀਜ਼ਾਂ ਉਹ ਲੈਣੀ, ਉਹ ਲੈ ਲਈ ਲੈ। ਸਤਿ ਸ਼੍ਰੀ ਅਕਾਲ ਸਾਰਿਆਂ, ਡਿੱਗਣਾ ਪਈ ਕਦੇ, ਡਰ ਹੀ ਬੜਾ ਲੱਗਦਾ ਜੀ ਬਾਜੀ ਨੇ ਪਵਾ ਲਏ। ਬਹਿ ਗਈ ਮੇਰੇ, ਮੇਰੀਆਂ ਰੀਸਾਂ ਬਹੁਤ ਲਾਉਂਦੀਆਂ ਵੇਖੀ ਟਕੋਰਮ ਦੀ, ਉਹ ਬਹੁਤ ਸੇਕ ਬਹੁਤ ਜ਼ਿਆਦਾ ਅੱਤ ਹੋਈ ਪਈ ਇਹਦੇ, ਹੈ ਕਿ ਨਹੀਂ ਬਹੁਤ ਜ਼ਿਆਦਾ ਸੇਕ ਹੋਣਾ। ਅਤੇ ਹੁਣ ਚੈਨ ਆਇਆ ਜੀ, ਮੈਂ ਦੋ ਮਿੰਟ ਬੈਠਾ ਹੀ ਨਾ ਘਰ ਪਾਉਂਦੀ, ਬੰਦ ਕਰ ਚੱਲ ਚੱਲ ਗਿਆ ਬਹੁਤ। ਗੱਡੀ ਛਾਵੇਂ ਲਾਉਣ ਦੀ ਕੋਸ਼ਿਸ਼ ਕੀਤੀ, ਛਾਂ ਥੋੜ੍ਹੀ ਜਿਹੀ ਆ ਗਈ ਆ, ਗਾਂਹ 'ਚ ਕਰਕੇ ਲਾਤੀ ਆ, ਹੁਣ ਚੱਲੇ ਹਾਂ ਯਾਰ। ਸਮਾਧ ਰੋਡ ਆਏ ਹਾਂ, ਇਹ ਸਮਾਧ ਰੋਡ ਕਹਿੰਦੇ ਨਾ ਹੈ ਨਾ ਸੁਨੀਪ ਇਹਨੂੰ? ਹਾਂ ਸਮਾਧ ਰੋਡ, ਨਹੀਂ ਤਾਂ ਮੈਂ ਨਾ ਜਦੋਂ ਮੈਨੂੰ ਪਤਾ ਨਹੀਂ ਨਾ ਤਾਂ ਉਦੋਂ ਮੈਂ ਚੱਕਰੀ ਬਜ਼ਾਰ ਹੀ ਕਹੀ ਜਾਣਾ, ਮੈਂ ਕਹਿੰਦਾ ਚੱਕਰੀ ਬਜ਼ਾਰ ਆ, ਅਤੇ ਉਹ ਲੋਕ ਕਹਿੰਦੇ ਚੱਕਰੀ ਬਜ਼ਾਰ ਭਰਾ ਅੰਦਰ ਆ, ਇਹ ਸਮਾਧ ਰੋਡ ਆ। ਲੈ ਲੈ ਸਮਾਨ ਚੱਲ ਜੀ। ਉਹ ਯਾਰ ਜਾਣਾ ਸੀ ਕੱਲ੍ਹ ਕਿਤੇ, ਅਤੇ ਫਿਰ ਇਹ ਕਹਿਣ ਡੀ ਚੱਲ ਗਈ, ਮੈਂ ਚੱਲ ਚੱਲ ਜਾਂਦੇ ਹਾਂ ਹੋਰ ਹੈਂ ਹੋਰ ਲੈ ਵੇ ਬਜ਼ਾਰੋਂ ਤਾਂ ਹੋਏ ਆਪਾਂ, ਦੋ ਮਿੰਟ ਲੱਗੇ ਸਰ ਨਹੀਂ ਯਾਰ ਗੁਣ। ਜਿੰਨੀ ਗਰਮੀ ਇਹੋ ਜਿਹੀ ਗਰਮੀ 'ਚ ਨਿਕਲਣਾ ਜੀ ਨਹੀਂ ਕਰਦਾ, ਪਰ ਬੀਬੀਆਂ ਕਹਿੰਦੀਆਂ ਵੀ ਸਾਡੇ ਨਾਲ ਚੱਲੋ ਬਸ, ਹੈਂ ਅਸੀਂ ਫਾਊਂਡੇਸ਼ਨ ਲੈਣੀ ਆ, ਸਾਡੀ ਆਹ ਕਰੀਮ ਰਹਿ ਗਈ ਆ, ਕਰੀਮ ਵੀ ਉਹ ਮੇਰਾ ਨਹੀਂ ਸੋਚਦੇ। ਆਹੋ ਲੈਣਾ ਕੁਛ ਲੱਭੀ ਚੱਲ ਗਏ ਕਿ ਵੇਖ ਵੇਖ ਕੇ ਮਨ ਰੱਜ ਗਿਆ। ਅੱਛਾ ਲੈ ਲਿਆ, ਲੈ ਲਵਲੀ ਕਹਿਣ ਡੀ ਮੈਂ ਸੂਟ ਜਿਹਾ ਲੈਣਾ, ਲੈ ਲਿਆ ਇਹਨੇ। ਓਕੇ ਜੀ ਚੱਲੀਏ ਜੀ ਹੁਣ, ਚਲੋ ਜੀ ਲਾ ਮਿਹਰਬਾਨੀ ਸਾਹਿਬ ਜੀ। ਇਹ ਕੀ ਹੈ? ਅੱਛਾ ਕੋਈ ਗੱਲ ਨਹੀਂ ਕੋਈ ਨਹੀਂ, ਉਹ ਇਹ ਦੇ ਦਾਂਗੇ ਪੈਸੇ ਮਾਰ ਦਾਂਗੇ। ਗੁੜੀਆ ਮੇਰੀ ਮੇਰੇ ਵੱਲ ਵੇਖਣ ਡੀ, ਪਾਪਾ ਖਣੀ ਚੱਲ ਗਏ ਆ ਵੀ। ਅੱਜ ਵਿਚਾਰੀ ਦਾ ਬੁੱਲ ਜਿਹੜਾ ਨਹੀਂ ਉਹ ਪਾਟ ਗਿਆ ਨਾ, ਉਹ ਬੜਾ ਹੋਇਆ ਮੈਨੂੰ, ਬਾਹਰ ਬਹੁਤ ਸੀ ਹੈ ਨਾ। ਚਲੋ ਚੱਲੀ, ਆਹ ਖਾਣ ਡੀ ਆ, ਉਹ ਖਾ ਗਈ ਪੈਨ ਫਿਰ ਕੇ, ਉਹ ਸ਼ਾਹੀ ਜੀ ਡਈ, ਉਹਨੂੰ ਲੱਗਣਾ ਇਹਦਾ ਰੋੜਾ ਹੱਥ ਆ ਗਿਆ ਹੁੰਦਾ। ਕੋਸਾ ਬਣੀ ਐਨਕ ਲੱਗੇ ਲੈਣ, ਹੈਂ ਇਹਨੂੰ ਬਾਹਰ ਕੱਢਣਾ, ਬਸ ਸਹੀ ਹੈ ਚੱਲ ਐਨ ਕਰ ਫੇਸ ਜੱਜ ਗਈ, ਸਹੀ ਹੈ ਬਹੁਤ ਵਧੀਆ। ਚੱਲ ਹੁਣ ਤੈਨੂੰ ਵੈਲਡਿੰਗ ਵਾਲੀ ਦੁਕਾਨ 'ਤੇ ਲਵਾ ਦਾਂ, ਸਹੀ ਹੈ ਨਾ। ਠੀਕ ਆ ਹੈਂ ਚੱਲ ਜੀ, ਲਵਲੀ ਨੂੰ ਤਾਰ ਦਾਂਗੇ ਲਵਲੀ ਦੇ ਘਰੇ। ਓਕੇ ਓਕੇ, ਮੈਂ ਰਾਜੂ, ਮੈਂ ਹਾਂ ਰਾਜੂ ਆਉਣ ਵਾਲੇ ਨਾ ਮੁੜ ਕੇ ਲੱਭੇ ਤੈਨੂੰ, ਪਰ ਮੈਂ ਹਾਂ ਮੁੜ ਕੇ ਨਾ ਟੈਨਸ਼ਨ ਵਾਜੀ ਆਇਆ ਮੇਰੀ ਘਰ ਦੀ ਕਿੱਧਰ ਗਈ ਆ। ਓਕੇ ਬਾਏ। ਹਾਂ ਮੂੰਹ ਭੱਜਿਆ ਸੀ ਰੜ ਜੀ।
ਦਾਦੀ ਆਪਣੀ ਲੱਭਣ ਦੀ ਕਹਿਣ ਦੀ ਦਾਦੀ ਨਹੀਂ ਆਈ ਨਹੀਂ ਨਹੀਂ ਆਈ ਏਸੀ ਲਾਉਣ ਦੀ ਏਸੀ ਲਾਉਣ ਦੀ ਲਾ ਦਿਓ ਲਾ ਦਿਓ ਲਾ ਦਿਓ ਏਦਾਂ ਹੀ ਮੋਬਾਈਲ ਅੱਗੇ ਮੂੰਹ ਤੇ ਵੱਜਾਂ ਨਾ ਉਹਦੇ ਕਾਢਾ ਫੋਨ ਲਾ ਪੀ ਲੈ ਕਾਢਾ ਲੜਿਆ ਜਿੱਥੇ ਲਾ ਦੋ ਲਾ ਦੋ ਏਸੀ ਕਿੱਦਾਂ ਲਾਈਦਾ ਲਾ ਦੋ ਪੁੱਤ ਮੂੰਹ ਚ ਨੀ ਲੈ ਫੋਨ ਲਾ ਦਾਦੀ ਨੂੰ ਫੋਨ ਲਾ ਦੋ ਦਾਦੀ ਨੂੰ ਫੋਨ ਲਾ ਦੋ ਹੈਲੋ ਦਾਦੀ ਆਪਣੇ ਖਾਸ ਦੀਦੀ ਬਠਿੰਡੇ ਤੋਂ ਆਪਣੇ ਖਾਸ ਦੀਦੀ ਹੁਣ ਇੰਗਲੈਂਡ ਵਾਲੇ ਹੋ ਗਏ ਆ ਬਹੁਤ ਯਾਦ ਆਉਂਦੀ ਹੈ ਤੁਹਾਡੀ ਪੁਰਾਣੇ ਦਿਨ ਨਹੀਂ ਆਉਣੇ ਕਦੇ ਬੜਾ ਇੰਜੋਏ ਕੀਤਾ ਸੀ ਆਪਾਂ ਸਾਰਿਆਂ ਨੇ ਹਾਂ ਇਹ ਤੇ ਹੈ ਮੈਂ ਆਹੀ ਕਹਿਣ ਦੀ ਮੈਂ ਕਿਹਾ ਉਹ ਦਿਨ ਵਾਪਸ ਨਹੀਂ ਆਉਣੇ ਸ਼੍ਰੀਨਗਰ ਵਾਲੇ ਤੇ ਬਠਿੰਡੇ ਵਾਲੇ ਕਸ਼ਮੀਰ ਜਦੋਂ ਮੈਗੀ ਬਣਾਈ ਕਾਰ ਖਰਾਬ ਹੋ ਗਈ ਸੀ ਕਾਰ ਵੀ ਖਰਾਬ ਹੋ ਗਈ ਸੀ ਤੇ ਮੈਗੀ ਵੀ ਬਣਾਈ ਸੀ ਰਸਤੇ ਚ ਬੜਾ ਹਾਸਾ ਪਾਇਆ ਜਦੋਂ ਬੜਾ ਮਜ਼ਾ ਆਇਆ ਸੀ ਟਾਵਲ ਯਾਦ ਹੈ ਇੱਕ ਬੰਦੇ ਦਾ ਹੈ ਟਾਵਲ ਟਾਵਲ ਯਾਦ ਆਹੋ ਹਾਂ ਹਾਂ ਉਹ ਤੇ ਯਾਦ ਲੈ ਕੇ ਆਉਣਾ ਉਹ ਵੀ ਟੂਰ ਵਾਸਤੇ ਵਧੀਆ ਪੁਰਾਣੇ ਦਿਨ ਯਾਦ ਕਰਦੇ ਪਏ ਸੀ ਉਹ ਤੇ ਚਲੋ ਹੁਣ ਕਦੀ ਆਉਣੇ ਨੀ ਹੈਗੇ ਵਾਪਸ ਪਰ ਇਸ ਤਰ੍ਹਾਂ ਗੱਲਾਂ ਕਰਕੇ ਮਨ ਨੂੰ ਤਸੱਲੀ ਦੇ ਦਿੰਦੇ ਆ ਵੇਖੋ ਹੁਣ ਦੀਦੀ ਹੁਣੀ ਜਦੋਂ ਆਣਗੇ ਉਦੋਂ ਇੰਜੋਏ ਹੋਏਗਾ ਹਨਾ ਦੀਦੀ ਨਹੀਂ ਬਸ ਅਸੀਂ ਜਲਦੀ ਆਵਾਂਗੇ ਫੇਰ ਆਪਾਂ ਇਹਨਾਂ ਨਾਲ ਵੀ ਕਰ ਲੋ ਗੱਲ ਭਾਜੀ ਦੀ ਗੱਲ ਕਰਾ ਦੋ ਇਹਨਾਂ ਨਾਲ ਵੀ ਹੈਲੋ ਭਾਜੀ ਕਿੱਥੇ ਭਾਜੀ ਹੁਣ ਈਦਾ ਚੰਨ ਹੋ ਗਏ ਭਾਈ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਮੈਂ ਈਦਾ ਚੰਨ ਹੀ ਹੋ ਗਏ ਜੀ ਹੋਰ ਸੁਣਾਓ ਕਿੱਦਾਂ ਸਿਹਤਾਂ ਵਧੀਆ ਵਧੀਆ ਚੜ੍ਹਦੀ ਕਲਾ ਕਿੱਦਾਂ ਫਿਰ ਡਿਊਟੀ ਤੇ ਜਾਂਦੇ ਜੀ ਅੱਛਾ ਅੱਛਾ ਛੁੱਟੀਆਂ ਦੇ ਵਿੱਚ ਫਿਰ ਟਾਈਮ ਬੜਾ ਔਖਾ ਨਾ ਕਰਨਾ ਕਿਉਂਕਿ ਦੋਵੇਂ ਜੀ ਹੈਗੇ ਬੜਾ ਔਖਾ ਹੁੰਦਾ ਹੁਣ ਘੁੰਮਣ ਘੁੰਮਣ ਨੀ ਨਿਕਲ ਜਾਂਦੇ ਯਾਰ ਕਿਤੇ ਕਿਤੇ ਘੁੰਮਣ ਨਿਕਲ ਜਾ ਕਰੋ ਇੰਨੀ ਛੁੱਟੀ ਹੋ ਜਾਂਦਣ ਘੱਟੋ ਘੱਟ ਮੇਰੇ ਸੁਣਾ ਘੰਟਾ ਡੇਢ ਘੰਟਾ ਹੋ ਗਿਆ ਦੀਦੀ ਹੁਣਾਂ ਨਾਲ ਗੱਲ ਚੱਲਣ ਦੀ ਪੁਰਾਣੀਆਂ ਗੱਲਾਂ ਚੱਲਣ ਦੀਆਂ ਅੱਜ ਸੰਦੀਪ ਨੇ ਪਹਿਲੀ ਵਾਰੀ ਪਾਇਆ ਭੰਗੜਾ ਰੀਲ ਪਾਤੀ ਇੰਸਟਾਗ੍ਰਾਮ ਤੇ ਮੈਂ ਆਪਣੇ ਪੁੱਤ ਜੋਗੀ ਜੀਜੀ ਲੈ ਕੇ ਆਇਆ ਮੈਨੂੰ ਪਤਾ ਹੈ ਜਿਵੇਂ ਪੁੱਤ ਦੇ ਛੱਟ ਲੱਗੀ ਨਾ ਤੇ ਮੈਂ ਆਪਣੇ ਪੁੱਤ ਦੀ ਜੀਜੀ ਆਓ ਮੰਮਾ ਨੇ ਕਿਹਾ ਜੀਜੀ ਉਹ ਗਾਣਾ ਲੱਗਾ ਹੀ ਹੈਂ ਡਾਂਸ ਹੀ ਕਰ ਦੋ ਕੌਣ ਆਇਆ ਕੌਣ ਆ ਯਾਰ ਹੁਣ ਦਾਦੀ ਅਸੀਂ ਦਾਦੀ
ਗੋਡਾ ਚੁੱਕ ਕੇ ਵਿਖਾਉਣ ਡੀ ਲਵਾਈ ਬੋਲ ਕਹੀ ਸੱਟ ਤੇ ਵਿਖਾਉਣ ਗੋਡੇ ਨੇ ਸੱਚੀਆ ਮੰਮੀ ਹਨੀ ਭਾਈ ਛੱਡ ਕੇ ਗਿਆ ਹਨੀ ਤੁਹਾਨੂੰ ਘਰ ਆ ਜਾਂਦੇ ਅੱਛਾ 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 ਚੱਲ ਕੋਈ ਨੀ ਵਿਚਾਰੇ ਬੜੇ ਲਹੂ ਨਿਕਲੇ ਹੈਗੇ ਉਹ ਸਾਰੀ ਚੰਨੀ ਇਹਦੇ ਲਹੂ ਨਾਲ ਭਰੀ ਸੰਦੀਪ ਚੁੱਕ ਭਾਰੀ ਕਰ ਦੋ ਪੂਰੇ ਇਹ ਗੱਲ ਸਹੀ ਨੇ ਹੁਣ ਫੋਨ ਲਾ ਲਿਆ ਦਾਦੇ ਨੂੰ ਲਾ ਦੋ ਫੋਨ ਦਾਦਾ ਅੱਜ ਇੰਡੀਆ ਦਾ ਪਾਕਿਸਤਾਨ ਦਾ ਮੈਚ ਲੱਗਾ ਜੀ ਅਤੇ ਬਾਰਿਸ਼ ਹੋਈ ਜਾਣ ਡੀ ਘੜੀ ਮੁੜੀ ਯਾਰ ਮੈਚ ਵੇਖਣ ਦਾ ਮਜ਼ਾ ਨਹੀਂ ਮੁੰਡਿਆ ਅੱਗੇ ਰੋਹਿਤ ਸ਼ਰਮਾ ਆਊਟ ਹੋ ਚੱਲੇ ਕਿ ਨਹੀਂ ਮਜ਼ਾ ਵਜਿਆ ਜੀ